ਅਸੀਂ ਇਸ ਵਕਤ ਖੜੇ ਆ ਬਠਿੰਡਾ ਜਿੱਥੇ ਤੁਹਾਨੂੰ ਦਿਖਾਵਾਂਗੇ ਉਹ ਸੱਚ ਜਾਣਕਾਰੀ ਲਵਾਂਗੇ ਉਹ ਹਰ ਇੱਕ ਗੱਲ ਦੀ ਕਿ ਵਾਕਿਆ ਹੀ ਪਹਿਲਾਂ ਨਾਲੋਂ ਵੱਧ ਚੁੱਕਿਆ ਹੈ ਮੌਤਾਂ ਦਾ ਕਾਰਵਾ ਕਿ ਵੱਧ ਚੁੱਕਿਆ ਲੋਕ ਹਰ ਰੋਜ਼ਾਂ ਜਿਹੜੀ ਪਹਿਲਾਂ ਕਿੰਨੀ ਗਿਣਤੀ ਆਉਂਦੀ ਸੀ ਡੈੱਡ ਬਾਡੀਜ਼ ਦੀ ਹੁਣ ਕਿੰਨੀ ਆ ਰਹੀ ਹੈ ਹਰ ਰੋਜ਼ ਰਾਮ ਬਾਗ ਦੇ ਵਿੱਚ ਉਸ ਦਿਨ ਜਿੱਥੋਂ ਸੰਸਕਾਰ ਸ਼ੁੱਕਰਵਾਰ ਨੂੰ ਹੁੰਦੇ ਆ ਸ਼ਨੀਵਾਰ ਨੂੰ ਫੁੱਲ ਨਹੀਂ ਚੁਗੇ ਜਾਂਦੇ ਇਸ ਕਰਕੇ ਥੋੜਾ ਜਆ ਉਸ ਦਿਨ 'ਚ ਦਬਾਅ ਆ ਜਾਂਦਾ ਹੈ ਠੀਕ ਹੈ ਜੀ ਤੇ ਜਿਹਦੇ ਨਾਲ ਇਹ ਗੱਲ ਆਉਂਦੀ ਹੈ ਵੀ ਥਾਂ ਨਹੀਂ ਮਿਲ ਰਿਆ ਇਹ ਜੀ ਕੋਈ ਗੱਲ ਨਹੀਂ ਜਿਹੜਾ ਤਾਂ ਰੂਟੀਨ ਸੀ ਪਿੱਛੇ ਹਾਂਜੀ ਉਹ ਤਾਂ ਅਸੀਂ 8 9 8 9 ਕਦੇ 10 ਆ ਜਾਂਦੀਆਂ ਕਦੇ 6 ਆ ਗਈਆਂ ਤਕਰੀਬਨ 8 9 ਦੀ ਐਵਰੇਜ ਸੀ ਬਟ ਪਿਛਲੇ ਦਿਨੀ 15 April ਤੋਂ ਬਾਅਦ ਇਹਨਾਂ ਦੀ ਗਿਣਤੀ 17-18 ਦੇ ਕਰੀਬ ਹੈ ਕਦੇ 25 ਆ ਜਾਂਦੀ ਹੈ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਅਫਵਾਹਾਂ ਤੋਂ ਬਚਿਆ ਜਾ ਸਕੇ ਸਚਾਈ ਸਾਹਮਣੇ ਆ ਸਕੇ ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਲੋਕਵਾਜ ਟੀਵੀ ਤੇ ਮੈਂ ਮਨਿੰਦਰ ਜੀ ਸਿੱਧੂ ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਦੇਖਦੇ ਹਾਂ ਕਿ ਬਠਿੰਡਾ ਦੇ ਵਿੱਚ ਜਗ੍ਹਾ ਨਹੀਂ ਮਿਲ ਰਹੀ ਹੈ ਲਾਸ਼ਾਂ ਦਾ ਸਸਕਾਰ ਕਰਨ ਨੂੰ ਬਠਿੰਡਾ ਦੇ ਰਾਮ ਬਾਗਾਂ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਹੁਣ ਪਹਿਲਾਂ ਨਾਲੋਂ ਡੈੱਡ ਬਾਡੀਜ਼ ਜ਼ਿਆਦਾ ਆ ਰਹੀਆਂ ਕਿ ਉਹਦੀ ਅਸਲ ਸੱਚਾਈ ਹੈ ਕਿ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਚਰਚਾ ਚੱਲ ਰਹੀ ਹੈ ਜਿਹੜੀਆਂ ਫੋਟੋ ਵਾਇਰਲ ਹੋ ਰਹੀਆਂ ਉਹ ਸੱਚ ਹੈ ਜਾਂ ਮਹਿਜ਼ ਉਹ ਡਰਾਵਾ ਦਿੱਤਾ ਜਾ ਰਿਹਾ ਹੈ ਇਹ ਸਭ ਦਾ ਸੱਚ ਜਾਣਨ ਲਈ ਅੱਜ ਅਸੀਂ ਪਹੁੰਚੇ ਹਾਂ ਬਠਿੰਡਾ ਦੇ ਰਾਮ ਬਾਗ ਦੇ ਵਿੱਚ ਇਹ ਰਾਮ ਬਾਗ ਵਰਤ ਜਿਸੀ ਕਹ ਲਈਏ ਰਜ਼ਿੰਦਰਾ ਕਾਲਜੀ ਬੈਕ ਸਾਈਡ ਦਾਣਾ ਮੰਡੀ ਦੇ ਬਿਲਕੁਲ ਕੋਲ ਹੈ ਰਾਮ ਬਾਗ ਦੇ ਵਿੱਚ ਤਕਰੀਬਨ 24 ਜਿਸੀ ਦਿਖਾਈ ਹੈ ਕਿ 24 ਦੇ ਕਰੀਬ ਜਿਹੜੇ ਆ ਉਹ ਸੰਸਕਾਰ ਲਈ ਅੰਗੀਠੇ ਬਣੇ ਹੋਏ ਆ ਜਿੱਥੇ ਸੰਸਕਾਰ ਕੀਤਾ ਜਾਂਦਾ ਅੰਤਮ ਸੰਸਕਾਰ ਕੀਤਾ ਜਾਂਦਾ ਡੈੱਡ ਬਾਡੀਜ਼ ਦਾ ਉਹਦੇ 24 ਦੇ ਕਰੀਬ ਅੰਗੀਠੇ ਬਣੇ ਹੋਏ ਆ ਤਾਂ ਅਸੀਂ ਹੁਣ ਜਾਣਾਂਗੇ ਇੱਥੋਂ ਦੇ ਪ੍ਰਬੰਧਕਾਂ ਤੋਂ ਕਿ ਕੀ ਵਾਕਈ ਹਰ ਰੋਜ਼ ਆਈਆਂ ਲਾਸ਼ਾਂ ਆ ਰਹੀਆਂ ਕਿ ਉਹਨਾਂ ਕੋਲ ਜਗ੍ਹਾ ਘੱਟ ਪੈ ਰਹੀ ਐ ਸੰਸਕਾਰ ਕਰਨ ਨੂੰ ਬਠਿੰਡਾ ਦੇ ਵਿੱਚ ਮੁੱਖੋ ਦੋ ਰਾਮ ਬਾਗ ਐ ਇੱਕ ਡੀਏਵੀ ਕਾਲਜ ਦੇ ਕੋਲ ਇੱਕ ਇੱਕ ਜਿਹੜਾ ਜਿਸ ਰਾਮ ਬਾਗ ਦੇ ਵਿੱਚ ਅਸੀਂ ਖੜੇ ਹਾਂ ਰਜਿੰਦਰਾ ਕਾਲ ਦੀ ਬੈਕ ਸਾਈਡ ਦਾਣਾ ਮੰਡੀ ਦੇ ਕੋਲ ਜਿੱਥੇ ਇੱਥੇ 24 ਦੇ ਕਰੀਬ ਜਿਹੜੇ ਅੰਗੀਠੇ ਆ ਬਣੇ ਹੋਏ ਆ ਜਿੱਥੇ ਸੰਸਕਾਰ ਦੇ ਲਈ ਅਸੀਂ ਜਾਣਾਂਗੇ ਪ੍ਰਬੰਧਕਾਂ ਤੋਂ ਕਿ ਪਹਿਲਾਂ ਨਾਲੋਂ ਕਿੰਨਾ ਫਰਕ ਆਇਆ ਪਹਿਲਾਂ ਨਾਲੋਂ ਕਿੰਨਾ ਫਰਕ ਆਇਆ ਕਿ ਹਰ ਰੋਜ਼ ਕਿੰਨੀਆਂ ਜਿਹੜੀਆਂ ਲਾਸ਼ਾਂ ਆ ਰਹੀਆਂ ਕਿੰਨੇ ਜਿਹੜੇ ਆ ਅਸੀਂ ਕਹਿ ਲਈਏ ਕਿ ਪਹਿਲਾਂ ਕਿੰਨੇ ਆਉਂਦੇ ਸੀ ਹੁਣ ਕਿੰਨੇ ਵੱਜ ਚੁੱਕੇ ਸਾਰਾ ਜਾਣਾਂਗੇ ਸਾਰਾ ਸੱਚ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕਿ ਕੀ ਵਾਕਈ ਫਰਕ ਪਿਆ ਕੀ ਵਾਕਈ ਕਰੋਨਾ ਨਾਲ ਇੰਨੀਆਂ ਮੌਤਾਂ ਹੋ ਰਹੀਆਂ ਕਿ ਹੁਣ ਜਿਹੜਾ ਸੰਸਕਾਰ ਕਰਨ ਨੂੰ ਜਗ੍ਹਾ ਨਹੀਂ ਮਿਲ ਰਹੀ ਤਾਂ ਇਹ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਇਸ ਵਕਤ ਵੀ ਅਸੀਂ ਇੱਥੇ ਖੜੇ ਹਾਂ ਸਾਰਾ ਪ੍ਰਬੰਧਕਾਂ ਤੁਸੀਂ ਹੁਣ ਜਾਣਦੇ ਆ ਅਸਲ ਸਚਾਈ ਇਹਦੀ ਕੀ ਹੈ ਸਾਡੇ ਨਾਲ ਇਸਰਾਮ ਬਾਗ ਦੇ ਮੁੱਖ ਸੇਵਾਦਾਰ ਰਾਜਨ ਐਡਵੋਕੇਟ ਰਾਜਨ ਗਰਗ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗਰਗ ਸਾਹਿਬ ਕਿੰਨਾ ਫਰਕ ਪਿਆ ਸੀ ਦੇਖਦੇ ਹਾਂ ਹਰ ਰੋਜ਼ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਜਗ੍ਹਾ ਨਹੀਂ ਮਿਲ ਰਹੀ ਐ ਡੈੱਡ ਬੋਡੀ ਦਾ ਸੰਸਕਾਰ ਕਰਨ ਲਈ ਕੀ ਵਾਕਈ ਸਚਾਈ ਇਹ ਹੋ ਰਹੀ ਹੈ ਅਸੀ ਕੱਲ ਨਿੱਕੀ ਸੰਸਕਾਰ ਕਰਾਉਣ ਲਈ ਜਗ੍ਹਾ ਨਹੀਂ ਮਿਲ ਰਹੀ ਹਾਂਜੀ ਜਗ੍ਹਾ ਤਾਂ ਪ੍ਰਿਆਪਤ ਹੈ ਹਾਂਜੀ ਆਪਣੇ ਸਮਾਜਿਕ ਸ਼ਨੀਵਾਰ ਦਾ ਦਿਨ ਹੀ ਹੁੰਦਾ ਜਦੋਂ ਕੋਈ ਵੀ ਸਮਾਜ ਦੇ ਧਾਰਮਿਕ ਸੰਸਥਾ ਨਾਲ ਆਸਥਾ ਨਾਲ ਲੋਕ ਫੁੱਲ ਨਹੀਂ ਚੁਗਦੇ ਠੀਕ ਹੈ ਹਾਂ ਬਿਲਕੁਲ ਉਸ ਦਿਨ ਜਿੱਥੋਂ ਸੰਸਕਾਰ ਸ਼ੁੱਕਰਵਾਰ ਨੂੰ ਹੁੰਦੇ ਸ਼ਨੀਵਾਰ ਨੂੰ ਫੁੱਲ ਨਹੀਂ ਚੁਗੇ ਜਾਂਦੇ ਇਸ ਕਰਕੇ ਥੋੜਾ ਜਿਆਦਾ ਉਸ ਦਿਨ ਚ ਦਬਾਅ ਆ ਜਾਂਦਾ ਹੈ ਠੀਕ ਹੈ ਜੀ ਤੇ ਜਿਹਦੇ ਨਾਲ ਇਹ ਗੱਲ ਆਉਂਦੀ ਹੈ ਵੀ ਥਾਂ ਨਹੀਂ ਮਿਲ ਰਿਆ ਇਹ ਜੀ ਕੋਈ ਗੱਲ ਨਹੀਂ ਸਾਡੇ ਕੋਲ ਇੱਥੇ 24 ਆ ਮਤਲਬ ਅਗਨੀ ਦੇਣ ਲਈ ਸਥਾਨ ਸਾਡੇ ਕੋਲੇ ਹੈ ਅੰਤਿਮ ਜਿਹੜੀ ਕਿਸੇ ਦੀ ਵੀ ਯਾਤਰਾ ਹੈ ਠੀਕ ਹੈ ਜੀ ਅਸੀਂ ਤਕਰੀਬਨ 48 ਟੋਟਲ ਅਸੀਂ ਜੇਕਰ ਦਬਾਅ ਵੱਜ ਜਾਂਦਾ ਰੱਬ ਦੀ ਕੋਈ ਟੇਢੀ ਨਜ਼ਰ ਹੋ ਜਾਂਦੀ ਹੈ ਪਰ ਕੋਪੀ ਆ ਜਾਂਦੀ ਹੈ ਹਾਂਜੀ ਅਸੀਂ ਸਾਡੇ ਕੋਲੇ ਉਹ ਪ੍ਰਿਆਪਤ ਸਾਧਨ ਸ਼੍ਰੀ ਸਨਾਤਨ ਧਰਮ ਮਹਾਵੀਰਦਾਲ ਕੋਲੇ ਹੈ ਉਹਦੀ ਟੀਮ ਕੋਲੇ ਸਾਰੇ ਪ੍ਰਯਾਪਤ ਸਾਧਨ ਹਨ ਠੀਕ ਹੈ ਜੀ ਪ੍ਰਯਾਪਤ ਸਾਧਨ اچھا ਵਕੀਲ ਸਾਹਿਬ ਪਹਿਲਾਂ ਨਾਲੋਂ ਕਿੰਨਾ ਫਰਕ ਪਿਆ ਆਮ ਦਿਨਾਂ 'ਚ ਕਰੋਨਾ ਤੋਂ ਬਾਅਦ ਹੁਣ ਕਿੰਨਾ ਫਰਕ ਪਹਿਲਾਂ ਕਿੰਨੀਆਂ ਡੈਡ ਬodies ਹਰ ਰੋਜ਼ ਆਉਂਦੀਆਂ ਸੀ ਹੁਣ ਕਿੰਨੀਆਂ ਆ ਰਹੀਆਂ ਜਿਹੜਾ ਤਾਂ ਰੂਟੀਨ ਸੀ ਪਿੱਛੇ ਹਾਂਜੀ ਉਹ ਤਾਂ ਸੀ 8 9 8 9 ਕਦੇ 10 ਆ ਜਾਂਦੀਆਂ ਕਦੇ 6 ਆ ਗਈਆਂ ਤਕਰੀਬਨ 8 9 ਦੀ ਐਵਰੇਜ ਸੀ ਠੀਕ ਹੈ ਜੀ ਬਟ ਪਿਛਲੇ ਦਿਨੀ 15 April ਤੋਂ ਬਾਅਦ ਹਾਂਜੀ ਇਹਨਾਂ ਦੀ ਗਿਣਤੀ 17 18 ਦੇ ਕਰੀਬ ਹੈ ਕਦੇ 25 ਆ ਜਾਂਦੀਆਂ ਕਦੇ 12 ਆ ਜਾਂਦੀਆਂ ਕਦੇ 17 ਆ ਜਾਂਦੀਆਂ ਕਦੇ 19 ਆ ਜਾਂਦੀਆਂ ਵੀ ਤਕਰੀਬਨ 17 18 ਦੀ ਐਵਰੇਜ ਹੈ ਐਵਰੇਜ ਹੈਗੀ ਹੈ ਇਹ ਜਿਹੜੀਆਂ ਡੈੱਡ ਬਾਡੀਜ਼ ਆਉਂਦੀਆਂ ਤੁਸੀਂ ਤਾਂ ਰਿਕਾਰਡ ਵੀ ਰੱਖਦੇ ਹੋਵੋਗੇ ਇਹ ਬਾਕੀ ਸੂਬਿਆਂ ਤੋਂ ਵੀ ਜਿਵੇਂ ਲੋਕ ਸਾਡੇ ਇੱਥੇ ਦਾਖਲ ਹੋ ਜਾਂਦੇ ਆ ਬਠਿੰਡਾ ਵਿੱਚ ਆ ਕੇ ਦੂਜੇ ਸੂਬੇ ਇਹ ਜਿਹੜਾ ਵੀ ਕੋਈ ਜੋ ਵੀ ਇੱਥੇ ਸੰਸਕਾਰ ਕਰਦੇ ਆ ਜਾਂ ਸਿਰਫ ਸਾਡੇ ਬਠਿੰਡੇ ਦੇ ਲੋਕ ਇਹਦੇ ਵਿੱਚ ਤੁਸੀਂ بڑا ਸਵਾਲ ਜਿਹੜਾ ਕੀਤਾ ਹੈ ਜਿਹੜੇ ਲੋਕਾਂ ਨੂੰ ਦੂਜੇ ਸੂਬਿਆਂ ਦੇ ਵਿੱਚ ਕੋਈ ਜਗ੍ਹਾ ਨਹੀਂ ਮਿਲਦੀ ਮੈਡੀਕਲ ਟਰੀਟਮੈਂਟ ਲਈ ਅਗਰ ਉਹਨਾਂ ਦੇ ਪਰਿਵਾਰਾਂ ਨਾਲ ਇੱਥੇ ਕੋਈ ਜਾਸਤੀ ਕਹਿ ਲੋ ਰੱਬੀ ਹੋ ਜਾਂਦੀ ਹੈ ਤਾਂ ਉਹ ਕੁਝ ਲੋਕ ਪਰਸੈਂਟ 1 ਪਰਸੈਂਟ ਲੋਕ ਹੀ ਹੁੰਦੇ ਨੇ ਇਹ ਸਾਰੇ ਬਠਿੰਡੇ ਦੇ ਹੀ ਵਸਨੀਕ ਨੇ ਤਕਰੀਬਨ ਆਸ-ਪਾਸੇ ਦੀਆਂ ਮੰਡੀਆਂ ਨੇ ਜੇ ਉਹਨਾਂ ਦਾ ਕੋਈ ਹੁੰਦਾ ਉਹ ਸ਼ਾਇਦ ਇੱਥੇ ਸੰਸਕਾਰ ਕਰਦਾ ਮਨਜ਼ੂਰੀ ਲੈ ਕੇ ਆਪਦੇ ਸਥਾਨ ਤੇ ਹੀ ਕਰਦੇ ਆ ਪਰ ਫਿਰ ਵੀ ਕੁਝ ਨਾ ਕੁਝ ਹਫਤੇ 10 ਦਿਨਾਂ ਚ ਇੱਕ ਦੋ ਜਾਣੇ ਤਿੰਨ ਜਾਣੇ ਇੰਨੇ ਕੁ ਬੰਦੇ ਬਾਹਰੋਂ ਆਉਂਦੇ ਤਕਰੀਬਨ ਬਠਿੰਡੇ ਦੇ ਹੀ ਵਾਸੀ ਨੇ ਬਹੁਤ ਗਿਣਤੀ ਜਾਨ ਕੇ ਬਠਿੰਡੇ ਦਾ ਹੀ ਹੈ ਅੱਛਾ ਇੱਕ ਹੋਰ ਦੱਸੋ ਵੀ ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਹੋਣਾ ਕਿ ਜਿਹੜਾ ਜਿਹੜਾ ਕਰੋਨਾ ਜਿਹਦਾ ਸੰਸਕਾਰ ਹੁੰਦਾ ਉਹ ਤਾਂ ਪ੍ਰਸ਼ਾਸਨ ਦਾ ਵੀ ਪੂਰਾ ਜਿਹੜਾ ਕਿ ਰੋਲ ਹੁੰਦਾ ਹੈਗਾ ਕਿੰਨੇ ਲੋਕ ਜਿਹੜੇ ਕਰੋਨਾ ਦੇ ਡੈੱਡ ਬਾਡੀ ਹਰ ਰੋਜ਼ ਕਿੰਨੇ ਆ ਰਹੇ ਜਿਵੇਂ ਕੱਲ ਸੀ ਕੱਲ ਟੋਟਲ 17 ਸੰਸਕਾਰ ਹੋਏ ਉਹਦੇ ਵਿੱਚੋਂ 12 ਬਾਡੀਜ਼ ਅਪ੍ਰੋਕਸੀਮੇਟਲੀ ਕਰੋਨਾ ਨਾਲ ਪੀੜਤ ਲੋਕਾਂ ਦੀਆਂ ਸੀ ਠੀਕ ਹੈ ਇਹ ਤਕਰੀਬਨ 10 ਕ ਦੇ ਨੇੜੇ ਇਹ ਕਰੋਨਾ ਪੀੜਤ ਸੰਸਕਾਰ ਤਕਰੀਬਨ ਸ਼ਹਿਰ ਦੇ ਵਿੱਚ ਹੋ ਰਹੇ ਹੈ ਠੀਕ ਹੈ ਜਿਵੇਂ ਅੱਜ ਤੁਸੀਂ ਦੇਖੋ ਹਜੇ 21 ਵਜੇ ਹੈ 1:30 ਵਜੇ ਹੈ ਤਾਂ 10 ਅੰਤਿਮ ਯਾਤਰਾ ਨੂੰ ਲੋਕਾਂ ਨੇ ਅਗਨੀ ਦੇ ਚੁੱਕੇ ਨੇ 10 ਦੇ ਕਰੀਬ 10 ਦੇ ਕਰੀਬ ਦੇ ਚੁੱਕੇ ਨੇ ਆ ਹੁਣ ਤੁਹਾਡੇ ਖੜੇ ਖੜੇ ਐਂਬੂਲੈਂਸ ਆਈ ਹੈ ਹੁਣ ਇਹਦੇ ਵਿੱਚ ਵੀ ਕੋਈ ਨਾ ਕੋਈ ਅੰਤਿਮ ਯਾਤਰਾ ਨਾਲ ਸੰਬੰਧਿਤ ਹੀ ਸ਼ਾਇਦ ਕਾਰਜ ਹੋਵੇ ਇਹ ਕਰਦੇ ਸਾਰਾ ਦਿਨ ਪਿਆ ਨਹੀਂ ਕਹਿ ਸਕਦੇ ਕਿ ਕਿੰਨੇ ਬੰਦੇ ਹੁੰਦੇ ਪਰ 10 ਪਲਾਸੀ ਕਰੋਨਾ ਦੇ ਨਾਲ ਰਿਲੇਟਡ ਲੋਕ ਇਥੇ ਅੰਤਮ ਅਨੁਸਕਾਰ ਕੀਤਾ ਜਾਂਦਾ ਅਸੀਂ ਹੁਣ ਗੱਲਬਾਤ ਕਰਾਂਗੇ ਡੀਏਵੀ ਕਾਲ ਦੇ ਨਜ਼ਦੀਕ ਜੋ ਰਾਮ ਬਾਗ ਹੈ ਉਹਦੇ ਵਿੱਚ ਜਿਨ੍ਹਾਂ ਦੀ ਡਿਊਟੀ ਹੈ ਲਿਖਣ ਦੀ ਪਰਚੀ ਕੱਟਣ ਦੀ ਤੇ ਉਹਨਾਂ ਤੋਂ ਪੁੱਛਾਂਗੇ ਕਿ ਹਰ ਰੋਜ਼ ਹੁਣ ਕਿੰਨੀਆਂ ਜਿਹੜੀਆਂ ਡੈੱਡ ਬਾਡੀਜ਼ ਇੱਥੇ ਆਉਂਦੀਆਂ ਪਹਿਲਾਂ ਨਾਲੋਂ ਕਿੰਨਾ ਵਾਧਾ ਹੋਇਆ ਹਾਂਜੀ ਇਹ ਕਿੰਨੀਆਂ ਹਰ ਰੋਜ਼ ਜਿਹੜੀ ਇੱਥੇ ਜਿਹੜਾ ਅੰਦਾਜ਼ਾ ਰੱਖਿਆ ਜਾਵੇ ਕਿੰਨੀਆਂ ਡੈੱਡ ਬਾਡੀਜ਼ ਆਉਂਦੀਆਂ ਮਤਲਬ ਇਸ ਟਾਈਮ ਲੇ 6 ਦੀ ਐਵਰੇਜ ਮੰਨ ਲਓ 6 ਦੀ ਐਵਰੇਜ ਹੁੰਦੀ ਹੈ ਇਸ ਟਾਈਮ 6 ਦੀ ਐਵਰੇਜ ਉਹਦੇ ਪਹਿਲਾਂ 2 ਦੀ ਐਵਰੇਜ ਸੀ ਮਤਲਬ ਪਹਿਲਾਂ ਜਿਵੇਂ ਕਰੋਨਾ ਤੋਂ ਪਹਿਲਾਂ ਜਿਹੜਾ ਹੁਣ ਵਧ ਰਿਹਾ ਕਰੋਨਾ ਲਗਾਤਾਰ ਉਹਦੇ ਕਰਕੇ ਇਹ ਹਾਂਜੀ ਹਾਂਜੀ ਉਸੇ ਕਰਕੇ ਮਤਲਬ ਉਸੇ ਕਰਕੇ ਉਸੇ ਕਰਕੇ ਵਧ ਰਿਹਾ ਨਾਕੜਾ ਤੇ ਕਿੰਨੇ ਕਰੋਨਾ ਵਾਲੇ ਜਿਹੜੇ ਸਸਕਾਰ ਮਰੀਜ਼ ਹੈ ਜਿਹੜੇ ਉਹ ਕਿੰਨੇ ਆਉਂਦੇ ਕਿ ਉਹਨਾਂ ਦੀ ਡੈੱਡ ਬਾਡੀ ਕਿੰਨੀ ਆਉਂਦੀ ਹੈ ਕਰੋਨਾ ਨਾਲ ਮੌਤ ਹੋਈ ਹੁੰਦੀ ਹੈ ਕਰੋਨਾ ਦੇ ਸਬੰਧ ਦੇ ਖਿਆਲ ਤੇਨ ਚਾਰ ਡੇਡ ਬਾਡੀ ਆਈ ਤੇਨ ਚਾਰ ਡੇਡ ਬਾਡੀ ਆ ਰਹੀਆਂ ਇਸ ਟਾਈਮ ਇਸ ਟਾਈਮ ਹਾਂ ਜਾਨੀ ਕਿ ਅੱਧ ਤੋਂ ਉੱਪਰ ਜੇ ਸ਼ੇ ਬਾਡੀ ਗਏ ਤੁਸੀਂ ਗੱਲ ਕੀਤੀ ਅੱਧ ਤੋਂ ਉੱਪਰ ਕਰੋਨਾ ਨਾਲ ਮਰੀਜ਼ ਆਉਂਦੇ ਹਾਂਜੀ ਹਾਂਜੀ ਪਹਿਲਾਂ ਜਦੋਂ ਤੁਸੀਂ ਆਮ ਦਿਨਾਂ ਦੀ ਗੱਲ ਕਰੀਏ ਉਦੋਂ 2 ਜਾਂ 3 ਨਹੀਂ ਸੀ ਹਾਂਜੀ 2 ਦੀ ਐਵਰੇਜ ਮੰਨ ਕੇ ਚੱਲੋਈ ਮਤਲਬ ਇੱਕ ਮਹੀਨੇ ਦੇ ਵਿੱਚ ਦੇਖਿਆ ਤਾਂ ਮਤਲਬ 60 65 ਡਿਗਰੀ ਚ 60 65 60 ਡਿਗਰੀ ਹੁਣ ਹੁਣ ਦੇਖਿਆ ਤਾਂ ਮਤਲਬ 80 85 ਤੇ ਕਹਿ ਲਓ ਅਸੀਂ ਅਸੀਂ 85 ਨੇੜੇ ਤੇੜੇ ਅਸੀਂ 80 ਨੇੜੇ ਯਾਨੀ ਕਿ ਵਾਅਦਾ ਹੋਇਆ ਕਿ ਹਾਂਜੀ ਵਾਅਦਾ ਹੋਇਆ ਜੀ ਵਾਅਦਾ ਪਿਛਲੇ ਪਹਿਲਾਂ ਦੇ ਮੁਕਾਬਲੇ ਪਹਿਲਾਂ ਦੇ ਮੁਕਾਬਲੇ ਲਗਭਗ ਦੁੱਗਣਾ ਹੋ ਚੁੱਕਿਆ ਹੈ ਇਸ ਵਕਤ ਡੈੱਡ ਬੋਡੀ ਦਾ ਰਾਮਬਗ ਦੇ ਵਿੱਚ ਆਉਣਾ ਪਰ ਉਹਨਾਂ ਇਹ ਕਹਿ ਗਏ ਜਿਹੜੀਆਂ ਜਗ੍ਹਾ ਜਿਹੜੀ ਜਗ੍ਹਾ ਦੀ ਗੱਲ ਕੀਤੀ ਜਾ ਰਹੀ ਹੈ ਉਹ ਜਹੀ ਕੋਈ ਗੱਲ ਨਹੀਂ 24 ਦੇ ਕਰੀਬ ਅੰਗੀਠੇ ਇਹਨਾਂ ਕੋਲ ਇੱਥੇ ਨੇ ਜੇ ਪ੍ਰਮਾਤਮਾ ਦੀ ਕਰੋਪੀ ਵੱਧਦੀ ਹੈ ਜਾਂ ਕੋਈ ਤੇ ਨਾ ਕਿਤੇ ਜ਼ਿਆਦਾ ਆ ਜਾਂਦਾ ਤਾਂ ਇਹਨਾਂ ਕੋਲ ਹੋਰ ਵੀ ਪ੍ਰਬੰਧ ਹੈ ਪਰ ਇਹ ਕਹਿੰਦੇ ਆ ਕਿ ਜਿਹੜਾ ਕਿਆ ਜਾਣਾਂ ਕਿ ਸ਼ਨੀਵਾਰ ਤੇ ਆ ਕੇ ਝੋੜਾ ਜਾਂ ਫਰਕ ਪੈ ਜਾਂਦਾ ਕਿਉਂਕਿ ਸਾਡੇ ਲੋਕ ਉਸ ਦਿਨ ਫੁੱਲ ਨਹੀਂ ਚੁਗਦੇ ਫੁੱਲਣਾ ਚੁਗਣ ਕਰਕੇ ਦਬਾਅ ਬਣ ਜਾਂਦਾ ਅਗਲੇ ਦਿਨ ਤੇ ਕਿਉਂਕਿ ਉੱਥੇ ਜਿਹੜੇ ਅੰਗੀਠਿਆਂ ਦੇ ਵਿੱਚ ਜਿਹੜਾ ਫੁੱਲ ਪਏ ਹੁੰਦੇ ਆ ਤੇ ਦੂਜੇ ਪਾਸੇ ਫਿਰ ਜਿਹੜਿਆ ਸੰਸਕਾਰ ਕਰਨੋਂ ਜਗ੍ਹਾ ਨਹੀਂ ਹੁੰਦੀ ਤਾਂ ਇਹ ਤਸਵੀਰ ਤੁਹਾਨੂੰ ਅਸਲ ਤਸਵੀਰ ਦਿਖਾਈ ਹੈ ਅਸਲ ਜਾਣਕਾਰੀ ਦਵਾਈ ਹੈ ਕਿ ਵਾਕਿਆ ਹੀ ਪਹਿਲਾਂ ਨਾਲੋਂ ਜ਼ਰੂਰ ਫਰਕ ਆ ਪਰ ਇਹ ਗੱਲ ਨਹੀਂ ਆ ਜਿੰਨਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਿ ਜਗ੍ਹਾ ਨਹੀਂ ਮਿਲ ਰਹੀ ਜਗਾ ਵਾਲੀ ਕੋਈ ਗੱਲ ਨਹੀਂ ਆ ਜਿਹੜੀਆਂ ਮੌਤਾਂ ਦੀ ਗਿਣਤੀ ਆ ਉਹ ਜ਼ਰੂਰ ਵਧੀ ਆ ਪਹਿਲਾਂ ਨਾਲੋਂ ਕੈਮਰਾ ਪਰਸਨ ਜਸਵੀਰ ਮੱਤਾ ਦੇ ਨਾਲ ਮਨਿੰਦਰਜੀਤ ਸਿੱਧੂ ਲੋਕਵਾਜੀ ਟੀਵੀ ਬਠਿੰਡਾ